ਅੱਜ ਆਪਾਂ ਬੜੇ ਭਰੇ ਮਨ ਨਾਲ ਆਪਣੇ ਮਹਿਬੂਬ ਸ਼ਾਇਰ ਨੂੰ ਵਿਦਾ ਆਖਿਆ। ਪੰਜਾਬੀ ਕਵਿਤਾ ਦਾ ਐਸਾ ਸ਼ਾਇਰ ਸੀ ਸੁਰਜੀਤ ਪਾਤਰ, ਜਿਹਨੂੰ ਪੰਜਾਬੀ ਪਿਆਰਿਆਂ ਨੇ ਸ਼ਾਇਦ ਵਾਰਿਸ ਸ਼ਾਹ ਤੋਂ ਬਾਅਦ ਇੰਨਾ ਜ਼ਿਆਦਾ ਪਿਆਰ ਕੀਤਾ। ਯਾਨੀ ਇੱਕ ਮਜ਼ਦੂਰ ਤੋਂ ਲੈ ਕੇ ਇੱਕ ਯੂਨੀਵਰਸਿਟੀ ਦੇ ਵਿਦਵਾਨ ਤੱਕ ਹਰ ਬੰਦਾ ਪਾਤਰ ਸਾਹਿਬ ਨਾਲ ਸਰੋਕਾਰ ਆਪਣੇ ਦੱਸ ਰਿਹਾ, ਉਹਨਾਂ ਨਾਲ ਬਿਤਾਇਆ ਸਮਾਂ ਸਾਹਮਣੇ ਲਿਆ ਰਿਹਾ। ਅਤੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਸੁਰਜੀਤ ਪਾਤਰ ਜੀ ਦੇ ਜਾਣ ਦਾ ਸੋਗ ਮਨਾਇਆ, ਜਿਸ ਤਰੀਕੇ ਨਾਲ ਪੰਜਾਬੀ ਸਮਾਜ ਇੱਕ ਸੁਖਨਵਰ ਦੇ ਜਾਣ ਦੇ ਉੱਤੇ ਸੋਗਵਾਰ ਨਜ਼ਰ ਆਉਂਦਾ, ਮੈਨੂੰ ਲੱਗਦਾ ਕਿ ਸੱਚੀ ਉਹਨਾਂ ਦੀ ਗੱਲ ਸੱਚ ਹੈ। ਇਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸਵਾਹ ਬਣਦੇ, ਪਾਤਰ ਸਾਹਿਬ ਸਾਡੇ ਵਿੱਚ ਨੇ। ਭਾਵੇਂ ਅਸੀਂ ਸਰੀਰਕ ਤੌਰ 'ਤੇ ਉਹਨਾਂ ਤੋਂ ਦੂਰ ਹੋਏ ਹਾਂ, ਪਰ ਆਤਮਿਕ ਤੌਰ ਦੇ ਉੱਤੇ ਸੁਰਜੀਤ ਪਾਤਰ ਰਹਿੰਦੀ ਦੁਨੀਆ ਤੱਕ ਆਦ ਜੁਗਾਦ ਤੱਕ ਸਾਡੇ ਨਾਲ ਰਹਿਣਗੇ। ਮੈਂ ਇਹੀ ਕੰਮ ਕਰਦਾ।